ਤੇ ਕਿਹੜੇ ਕਿਹੜੇ ਜਾਣਾ ਚਾਹੁੰਦਾ? ਕਹਿੰਦੇ ਖਾਟੂ ਧਾਮ ਕੀ ਜੈ ਹੋ। ਸ਼ਰਧਾ ਦੀ ਗੱਲ ਹੈ, ਬੜੀ ਧਿਆਨ ਨਾਲ ਸੁਣਿਓ। ਬਾਬਾ ਜੀ ਦਾ ਇੱਕ ਭਗਤ 30 ਸਾਲ ਲਗਾਤਾਰ ਖਾਟੂ ਧਾਮ ਜਾਂਦਾ, ਤੇ ਜਦੋਂ 31ਵਾਂ ਸਾਲ ਆਉਂਦਾ ਨਾ, ਉਹਦੇ ਕੋਲ ਪੈਸੇ ਦਾ ਇੰਤਜ਼ਾਮ ਨਹੀਂ ਹੋ ਪਾਉਂਦਾ ਤੇ ਬੜਾ ਉਦਾਸ ਹੋ ਜਾਂਦਾ, ਬੜਾ ਨਿਰਾਸ਼ ਹੋ ਜਾਂਦਾ। ਉਹ ਘਰ ਵਿੱਚ ਜਿੱਥੇ ਮੰਦਰ ਬਣਿਆ ਹੁੰਦਾ ਹੈ ਉੱਥੇ ਬਾਬਾ ਜੀ ਦੀ ਜੋਤ ਜਗਾਉਂਦਾ ਤੇ ਬਾਬਾ ਜੀ ਨੂੰ ਕਹਿੰਦਾ, ਕਹਿੰਦਾ ਬਾਬਾ ਮੈਂ 30 ਸਾਲ ਲਗਾਤਾਰ ਤੇਰੇ ਦਰਬਾਰ ਆਇਆ, ਮੈਂ 30 ਸਾਲ ਲਗਾਤਾਰ ਖਾਟੂ ਧਾਮ ਵਿੱਚ ਆਇਆ, ਇਸ ਬਾਰੇ ਮੇਰੇ ਤੋਂ ਐਸੀ ਕਿਹੜੀ ਗਲਤੀ ਹੋ ਗਈ, ਐਸੀ ਕਿਹੜੀ ਖਤਾ ਹੋ ਗਈ ਬਾਬਾ ਜੋ ਤੂੰ ਮੈਨੂੰ ਆਪਣੇ ਦਰਬਾਰ ਨਹੀਂ ਬੁਲਾਇਆ। ਤੇ ਜਦੋਂ ਬਾਬਾ ਜੀ ਨਾਲ ਗੱਲ ਕਰ ਰਿਹਾ ਹੁੰਦਾ ਨਾ ਤਾਂ ਕਮਰੇ ਦੇ ਵਿੱਚੋਂ ਜੋਤੀ ਦੇ ਵਿੱਚੋਂ ਨੂਰ ਉਪਜਦਾ ਤੇ ਬਾਬਾ ਜੀ ਉਸਨੂੰ ਦਰਸ਼ਨ ਦਿੰਦੇ ਨੇ। ਬਾਬਾ ਜੀ ਉਹਨੂੰ ਪਤਾ ਕੀ ਕਹਿੰਦੇ? ਕਹਿੰਦੇ ਕਮਲਿਆ 30 ਸਾਲ ਤੂੰ ਲਗਾਤਾਰ ਮੇਰੇ ਦਰਬਾਰ ਆਉਂਦਾ ਰਿਹਾ, 30 ਸਾਲ ਤੂੰ ਲਗਾਤਾਰ ਮੇਰੇ ਦਰਬਾਰ ਆਉਂਦਾ ਰਿਹਾ, ਇਸ ਵਾਰੀ ਮੇਰਾ ਜੀ ਕਰਦਾ ਸੀ ਕਿ ਮੈਂ ਤੇਰੇ ਘਰੇ ਆਵਾਂ। ਬੋਲ ਹਰੇ ਕੇ ਸਹਾਰੇ ਕੀ। ਜਿਵੇਂ ਆਪਣਾ ਜੀ ਕਰਦਾ ਨਾ, ਆਪਾਂ ਦੇਵੀ ਦੇਵਤਿਆਂ ਦੇ ਜਾਈਏ, ਆਪਾਂ ਖਾਟੂ ਧਾਮ ਜਾਈਏ, ਆਪਾਂ ਨੈਣਾ ਦੇਵੀ ਜਾਈਏ, ਉਵੇਂ ਦੇਵੀ ਦੇਵਤਿਆਂ ਦਾ ਵੀ ਜੀ ਕਰਦਾ ਕਿ ਅਸੀਂ ਵੀ ਤੁਹਾਡੇ ਘਰ ਆਈਏ, ਭਗਤਾਂ ਦੇ ਘਰ ਫੇਰਾ ਪਾ ਕੇ ਆਈਏ। ਪਰ ਇਹ ਆਉਂਦੇ ਉਹਨਾਂ ਦੇ ਘਰੇ ਨੇ ਜਿਹੜੇ ਸੱਚੀ ਸ਼ਰਧਾ, ਸੱਚੀ ਨੀਅਤ ਤੇ ਪ੍ਰੇਮ ਭਾਵਨਾ ਨਾਲ ਬੁਲਾਉਂਦੇ ਨੇ। ਜ਼ਰੂਰੀ ਨਹੀਂ ਕਿ ਜਿਹਦੇ ਕੋਲ ਬਹੁਤਾ ਪੈਸਾ, ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਨੇ, ਉਹਨਾਂ ਦੇ ਵੀ ਆਉਣ। ਇਹ ਐ ਨੀ ਪਤਾ, ਕੁੱਟੀਆਂ ਦੇ ਵਿੱਚ ਵੀ ਫੇਰੇ ਪਾ ਜਾਂਦੇ ਨੇ। ਇੱਕ ਗੱਲ ਸੁਣਾਉਣ ਲੱਗਿਆ, ਕਹਿੰਦੇ ਜਦੋਂ ਕ੍ਰਿਸ਼ਨ ਭਗਵਾਨ, ਧਿਆਨ ਨਾਲ ਸੁਣਿਓ, ਜਦੋਂ ਕ੍ਰਿਸ਼ਨ ਭਗਵਾਨ ਸੰਧੀ ਕਰਾਉਣ ਗਏ ਸੀ ਨਾ, ਤਾਂ ਦੁਰਯੋਧਨ ਦੇ ਘਰੇ ਨਹੀਂ ਗਏ, ਉਹ ਦੁਰਯੋਧਨ ਦੇ ਘਰੇ ਨਹੀਂ ਗਏ, ਉਹ ਵਿਦੁਰ ਦੇ ਘਰੇ ਗਏ। ਦੁਰਯੋਧਨ ਬਹੁਤ ਵੱਡਾ ਰਾਜਾ ਸੀ, ਉਸ ਲੋਕ ਵੱਡਾ ਮਹਿਲ ਸੀ, ਪਰ ਕ੍ਰਿਸ਼ਨ ਭਗਵਾਨ ਨੇ ਸੋਚਿਆ ਕਿ ਜੇ ਮੈਂ ਇਹਦੇ ਘਰੇ ਜਾਊਂਗਾ, ਇਹਨੇ ਜਾ ਕੇ ਰਾਤ ਨੂੰ ਆਪਣੇ ਮਹਿਲ 'ਚ ਸੌ ਜਾਣਾ। ਉਹ ਵਿਦੁਰ ਦੇ ਘਰੇ ਜਾਂਦੇ ਨੇ ਤੇ ਦੇਖਦੇ ਨੇ ਵਿਦੁਰ ਕਰਨੀ, ਜਿਹੜੀ ਉਹਦੀ ਧਰਮ ਪਤਨੀ ਹੈ ਨਾ, ਉਹ ਪ੍ਰੇਮ ਦੇ ਵਿੱਚ, ਭਗਵਾਨ ਦੇ ਪ੍ਰੇਮ ਦੇ ਵਿੱਚ ਇੰਨੀ ਮਗਨ ਹੋ ਜਾਂਦੀ ਹੈ ਕਿ ਭਗਵਾਨ ਨੂੰ ਨਾ ਕੇਲੇ ਦੇ ਛਿਲਕੇ ਖਵਾਉਣ ਲੱਗ ਜਾਂਦੀ ਹੈ ਤੇ ਭਗਵਾਨ ਵੀ ਕੇਲੇ ਦੇ ਛਿਲਕੇ ਖਾਈ ਜਾਂਦੇ ਨੇ। ਤੇ ਜਦੋਂ ਵਿਦੁਰ ਆਉਂਦਾ ਉਹ ਆ ਕੇ ਦੇਖਦਾ ਕਿ ਮੇਰੀ ਧਰਮ ਪਤਨੀ ਸਾਕਸ਼ਾਤ ਕ੍ਰਿਸ਼ਨ ਭਗਵਾਨ ਨੂੰ ਕੇਲੇ ਦੇ ਛਿਲਕੇ ਖਵਾਈ ਜਾਂਦੀ ਹੈ। ਉਹ ਕਹਿੰਦਾ, ਵਿਦੁਰਾਣੀ ਤੈਨੂੰ ਪਤਾ ਹੈ ਕੌਣ ਨੇ? ਕਹਿੰਦਾ, ਇਹ ਸਾਕਸ਼ਾਤ ਵਿਸ਼ਨੂੰ ਰੂਪ, ਨਾਰਾਇਣ ਰੂਪ ਕ੍ਰਿਸ਼ਨ ਭਗਵਾਨ ਨੇ। ਕਹਿੰਦਾ, ਤੂੰ ਇਹਨਾਂ ਨੂੰ ਕੇਲੇ ਦੇ ਛਿਲਕੇ ਖਵਾਈ ਜਾਂਦੀ ਹੈ। ਤੇ ਜਦੋਂ ਵਿਦੁਰ ਨੇ ਕੇਲੇ ਦੀ ਛਿਲਕੇ ਦੀ ਜਗ੍ਹਾ ਭਗਵਾਨ ਨੂੰ ਕੇਲੇ ਦੀ ਬੁੱਧ ਖਵਾਈ ਨਾ, ਤਾਂ ਭਗਵਾਨ ਕੇਲੇ ਦੀ ਬੁੱਧ ਖਾ ਕੇ ਕਹਿੰਦੇ, ਕਹਿੰਦੇ ਵਿਦੁਰ, ਜਿਹੜਾ ਆਨੰਦ, ਜਿਹੜਾ ਪ੍ਰੇਮ ਉਹ ਕੇਲੇ ਦੇ ਛਿਲਕਿਆਂ ਵਿੱਚ ਸੀ ਨਾ, ਉਹ ਬੁੱਧ ਵਿੱਚ ਵੀ ਨਹੀਂ। ਬੋਲੀ ਵਾਕੇ ਬਿਹਾਰੀ ਲਾਲ ਕੀ। ਕਹਿੰਦਾ, ਕਿਉਂਕਿ ਉਹ ਛਿਲਕਿਆਂ ਵਿੱਚ ਵੀ ਉਹਦਾ ਪ੍ਰੇਮ ਸੀ, ਉਹਦੇ ਭਾਵ ਸੀ। ਕਹਿੰਦਾ, ਮੈਨੂੰ ਛਿਲਕਿਆਂ ਵਿੱਚ ਵੀ ਇੰਨਾ ਆਨੰਦ ਆ ਰਿਹਾ ਸੀ, ਕਹਿੰਦਾ ਉਹਨਾਂ ਵਿਦੁਰ ਉਹਦੇ ਵਿੱਚ ਵੀ ਨਹੀਂ, ਬੁੱਧ ਵਿੱਚ ਵੀ ਨਹੀਂ ਆਇਆ। ਤੇ ਉੱਥੇ ਗੱਲ ਹੈ ਕਿ ਇਹ ਪ੍ਰੇਮ ਭਾਵ ਦੇ ਭੁੱਖੇ ਨੇ, ਜਿਹੜਾ ਸ਼ਰਧਾ ਨਾਲ ਬੁਲਾਉਂਦਾ ਉਹਦੇ ਘਰ ਜ਼ਰੂਰ ਆਉਂਦੇ ਨੇ। ਤੇ ਹੁਣ ਆਪਾਂ ਕੀ ਕਹਿਣਾ? ਪ੍ਰੇਜ਼ਰ ਕਰ ਲਓ ਜੀ। ਸ਼ਾਮ ਤੇਰੇ ਭਗਤਾਂ ਕੋ ਤੇਰਾ ਹੀ ਸਹਾਰਾ ਹੈ, ਸ਼ਾਮ ਤੇਰੇ ਭਗਤਾਂ ਕੋ ਤੇਰਾ ਹੀ ਸਹਾਰਾ ਹੈ,
ਸ਼ਾਮ ਤੇਰੇ ਭਗਤਾਂ ਕੋ ਤੇਰਾ ਹੀ ਸਹਾਰਾ ਹੈ, ਤੇਰਾ ਹੀ ਸਹਾਰਾ ਹੈ। ਕਿਹਨੂੰ ਕਿਹਨੂੰ ਸਹਾਰਾ ਚਾਹੀਦਾ ਬਾਬਾ ਜੀ ਦਾ, ਮੇਰੇ ਨਾਲ ਗਾਓ। ਤੇਰਾ ਹੀ ਸਹਾਰਾ ਹੈ, ਤੇਰਾ ਹੀ ਸਹਾਰਾ ਹੈ, ਤੇਰਾ ਹੀ ਸਹਾਰਾ ਹੈ ਓ ਬਾਬਾ, ਤੇਰਾ ਸਹਾਰਾ ਹੈ। ਕਿਹਨੂੰ ਕਿਹਨੂੰ ਸਹਾਰਾ ਚਾਹੀਦਾ, ਦੋਨੋਂ ਹੱਥ ਖੋਲ ਕੇ ਕਹਿੰਦੇ, ਜਿਨ੍ਹਾਂ ਦੇ ਹੱਥ ਰਹਿਣਗੇ ਉੱਤੇ ਉਹਨਾਂ ਦੇ ਭਾਗ ਜਾਗਦੇ ਸੁੱਤੇ, ਤੇ ਜਿਨ੍ਹਾਂ ਦੇ ਹੱਥ ਰਹਿਣਗੇ ਥੱਲੇ ਬਾਬਾ ਉਹਨਾਂ ਦੇ ਵੀ ਭਰ ਦੂਗਾ ਪੱਲੇ, ਕਿਉਂਕਿ ਇਹ ਸੱਚ ਦੀ ਜੋਤ ਚੱਲ ਰਹੀ ਹੈ, ਇਹਦੇ ਦਰਬਾਰ ਤੋਂ ਕੋਈ ਖਾਲੀ ਨਹੀਂ ਜਾਂਦਾ। ਤੇ ਜਿਨ੍ਹਾਂ ਦੇ ਹੱਥ ਰਹਿਣਗੇ ਵਿਚਕਾਰ ਬਾਬਾ ਉਹਨਾਂ ਦੇ ਵੀ ਲਾ ਦੂ ਬੇੜੇ ਭਾਰ। ਇੱਕ ਵਾਰ ਦੋਨੋਂ ਹੱਥ ਖੋਲ ਕੇ, ਸ਼ਾਮ ਤੇਰੇ ਭਗਤਾਂ ਪਰੇਸ਼ਾਨ ਹੋ, ਆਸ਼ਾ ਨਿਰਾਸ਼ਾ ਨੇ ਮੁਝੇ
ਸਾਡੇ ਨੇੜੇ ਦੁੱਖ ਨਾ ਆਉਣ, ਕਿਉਂਕਿ ਇਹ ਵਿਧੀ ਦਾ ਵਿਧਾਨ ਹੈ। ਕ੍ਰਿਸ਼ਨ ਭਗਵਾਨ ਨੂੰ ਵੀ ਦੁੱਖ ਝੱਲਣਾ ਪਿਆ, ਸ਼੍ਰੀ ਰਾਮ ਚੰਦਰ ਜੀ ਨੂੰ ਵੀ ਦੁੱਖ ਝੱਲਣਾ ਪਿਆ, ਪਰ ਆਪਾਂ ਖਾਟੂ ਵਾਲੇ ਬਾਬੇ ਅੱਗੇ ਇਹ ਅਰਦਾਸ ਕਰਨੀ ਹੈ ਕਿ ਬਾਬਾ ਜੀ ਜੇ ਦੁੱਖ ਨੇੜੇ ਆਵੇ ਤਾਂ ਸਾਨੂੰ ਉਹਨਾਂ ਦੁੱਖਾਂ ਨਾਲ ਲੜਨ ਦੀ ਸ਼ਕਤੀ ਵੀ ਪ੍ਰਦਾਨ ਕਰਿਓ। ਸਾਨੂੰ ਲੱਗੇ ਨਾ ਕਿ ਸਾਡੇ ਨੇੜੇ ਦੁੱਖ ਆਇਆ ਕੋਈ, ਉੱਥੇ ਗੱਲ ਹੈ ਤਾੜੀ ਮਾਰ ਕੇ ਆਸ਼ਾ ਆਪਣਾ